ਰਾਮ ਕੁਮਾਰ ਜੀ ਆ ਬੈਠੇ ਆ ਔਰ ਨੋਟ ਕਰ ਲਿਆ ਬਾਈ ਨਵੀਨ ਇਧਰ ਭੇਵਾ ਸਾਈਡ ਜੋ ਟੀਮ ਹੈ ਬਾਗਲ ਕੀ ਟੀਮ ਹੈ ਔਰ ਦੂਸਰੀ ਸਾਈਡ ਮੇ ਬਹੁ ਅਕਬਰਪੁਰੀ ਇਹ ਹੈ ਅੰਕਿਤ ਨਿਡਾਣਾ ਜਿਸਕੋ ਦੇਖੀਏ ਆਜ ਹਰਿਆਣਾ ਪ੍ਰਦੇਸ਼ ਕਾ ਸਟਾਰ ਹੈ ਪਹਿਲੀ ਕੈਚ ਲਗਾ ਦੀ ਬਾਗਲ ਟੀਮ ਦੇ ਸਟੋਪਰ ਮੇ ਅੰਕਿਤ ਨਿਡਾਣੇ ਵਾਲੇ ਨੇ ਪਹਿਲਾ ਜੱਫਾ ਲਾ ਦਿੱਤਾ ਹੈ ਬਿੱਕੀ ਪਾਗਲ ਵਾਲਾ ਰੇਡ ਪਾਉਣ ਦੇ ਲਈ ਤਿਆਰ ਹੈ ਪਾਗਲ ਦੀ ਟੀਮ ਜਿਹੜੀ ਇੱਧਰ ਕਮਾਦ ਵਾਲੇ ਪਾਸੇ ਹੈ ਨੰਬਰ ਜਾਫੀ ਦਾ ਜੀ ਪਿੰਟੋ ਬਾਈ ਪਿੰਟੋ ਇੱਕ ਰਿਵਿਊ ਲਿਆ ਗਿਆ ਰੀਸੈਂਟ ਰਿਵਿਊ ਹੈ ਨਾ ਆ ਇਸ ਇਹ ਰੇਟ ਪੇ ਰਿਵਿਊ ਦੇਖ ਆਈਏ ਰਿਸ਼ੀ ਆਪਕਾ ਕਿਆ ਡਿਸੀਜਨ ਹੈ ਪੁਆਇੰਟ ਕੈਚ ਕਾ ਔਰ ਰੇਡਰ ਕਹਿ ਰਿਹਾ ਕਿ ਡਬਲ ਟੱਚ ਹੈ ਇਹ ਚੈੱਕ ਕਰੇ ਇੱਕ ਵਾਰ ਰੀਤਕ ਨੇ ਰੇਡ ਪਾ ਦਿੱਤੀ ਹੈ ਸਾਹਮਣੇ ਰੀਤਕ ਰੇਡ ਪਾਉਂਦਾ ਹੋਇਆ ਅੰਕ ਦਾ ਵਾਧਾ ਬਹੁਤ ਦੀ ਬਿਲਕੁਲ ਬਾਈ ਦੇਖੀਏ ਲੰਗਰ ਔਰ ਭੰਡਾਰੇ ਕਾ ਆਯੋਜਨ ਬਿਲਕੁਲ ਸੁਬਹ ਸੇ ਚਾਹੇ ਰਾਤ ਕੇ 9-10 ਵਜੇ ਤੱਕ ਚਾਲੂ ਹੈ ਜੋ ਵੀ ਦਰਸ਼ਕ ਸਾਥੀ ਖਿਲਾੜੀ ਸਾਥੀ ਖਾਣਾ ਚਾਹਤਾ ਹੈ ਤਾਂ ਆਪ ਲੰਗਰ ਛਕ ਸਕਦੇ ਹੋ ਸ਼ੁਭਮ ਨੇ ਕਬੱਡੀ ਪਾ ਦਿੱਤੀ ਅਗਲੇ ਮੈਚ ਦੀਆਂ ਟੀਮਾਂ ਟੀਕ ਸੁੱਕੀ ਬਸਤਰੀ ਤੇ ਪਾਈ ਇਹ ਟੀਮਾਂ ਤਿਆਰ ਰਹਿਣੇ ਲਾਸਟ ਮੈਚ ਹੈ ਗੰਤੀ ਸੌਂਗਲ ਤੇ ਸਿਰਸਲ ਦਾ ਲਾਸਟ ਮੈਚ ਹੈ ਸੌਂਗਲ ਤੇ ਸਿਰਸਲ ਹਾਂਜੀ ਭਾਗਲ ਦਾ ਮੈਚ ਬਹੁਤਪੁਰ ਦੇ ਨਾਲ ਉਦੋਂ ਬਾਅਦ ਜਿਹੜਾ ਪਾਈ ਦੀ ਟੀਮ ਆ ਤੇ ਸੌਂਕੀ ਬਸਤਰੀ ਬਲਵੇੜੇ ਦੀ ਟੀਮ ਤੇ ਹਰੀਗੜ੍ਹ ਕਿੰਗਣ ਸੌਂਗਲ ਦਾ ਮੈਚ ਸਿਰਸਲ ਨਾਲ ਸਮਿਤ ਆਸਟ੍ਰੇਲੀਆ ਨਵੀਨ ਯੂ ਐੱਸ ਏ ਸਾਡੇ ਨਾਲ ਮੈਂ ਦੇਖਦਾ ਵੀ ਗੁਰਮੀਤ ਯੂ ਐੱਸ ਏ ਕਰਨ ਯੂ ਐੱਸ ਏ ਨੈਬ ਯੂ ਐੱਸ ਏ ਸੱਬੀ ਯੂ ਐੱਸ ਏ ਦੇ ਕੁੱਲੀ ਇੱਕ ਮਿੰਟ ਯਾਰ ਰੁਕ ਜਾਓ ਕੋਈ ਨਹੀਂ ਤੁਹਾਨੂੰ ਰੁਕ ਜਾਓ ਬਾਈ ਰਾਜੂ ਉਹਨਾਂ ਪਿੰਟੂ ਨਾਲ ਬੁਲਾ ਲਿਓ ਇਹਨਾਂ ਜੋ ਡਿਸੀਜਨ ਲੈਣਾ ਨਾ ਇੱਕ ਸਾਈਡ ਮਲੇਗਾ ਕਰਵਾ ਦਿਓ ਹਾਂਜੀ ਬੇਨਤੀ ਹੈ ਜਿਹੜਾ ਮੈਚ ਚੱਲੀ ਜਾਂਦਾ ਉਹ ਥੋੜ੍ਹਾ ਜਿਹਾ ਇਤਰਾਜ਼ ਲੱਗਿਆ ਹੋਇਆ ਟੀਮ 'ਤੇ ਉਹਦਾ ਨਾ ਉਹ ਆਈ ਡੀ ਪਰੂਫ ਚੈੱਕ ਕਰ ਰਹੇ ਆ ਤੁਸੀਂ ਦੇਖ ਰਹੇ ਹੋ ਕੁਝ ਹੀ ਬਹੁਤ ਮੈਂ ਦੇਖਦਾ ਵੀ ਜਿੰਨਾ ਵੱਡਾ ਸਤਿਕਾਰ ਸਾਡੇ ਵੀਰ ਹੈਲੋ ਲਾਈਟ ਵਾਲੇ ਭਾਈ ਸੇ ਅਨੁਰੋਧ ਹੈ ਭਾਈ ਆਪਣੇ ਇੱਕ ਵਾਰ ਸਾਰੀ ਲਾਈਟਾਂ ਚੈੱਕ ਕਰ ਲੇ ਲਾਈਟੋਂ ਕੀ ਆਵਸ਼ਕਤਾ ਹੋਊਗੀ ਥੋੜ੍ਹੇ ਹੀ ਸਮੇਂ ਮੈਂ ਸਾਰੀ ਲਾਈਟਾਂ ਇੱਕ ਵਾਰ ਚੈੱਕ ਕਰ ਲਈਏ ਲਾਈਟਾਂ ਵਾਲਾ ਵੀਰ ਖਾਲਸਾ ਸਾਊਂਡ ਤੁਸੀਂ ਤੁਹਾਡੀ ਜ਼ਿੰਮੇਵਾਰੀ ਹੈ ਜੀ ਪੰਜਾਬ ਲਾਈਟ ਮਹਿਲਾ ਚੌਂਕ ਲਾਈਟਾਂ ਜ਼ਰੂਰ ਚੈੱਕ ਕਰ ਲਿਓ ਆਓ ਸਾਹਮਣੇ ਵੇਖਾਂਗੇ ਫਿਰ ਅੰਕ 'ਚ ਜੱਫਾ ਲਾਉਣ ਦੀ ਕੋਸ਼ਿਸ਼ ਕਰਦਾ ਹੋਇਆ ਇਹ ਆ ਨੌਜਵਾਨ ਰਿਤਕ ਜਿਹੜੇ ਨੇ ਰੇਡ ਪਾਈ ਹੈ ਪਰ ਕਾਲੇ ਨੇ ਸਕੀਮ ਦੱਸੀ ਹੈ ਕਿ ਜੱਫਾ ਨੰਬਰ ਯਾਫੀ ਦਾ ਬਹੁਤ ਤਕੜਾ ਜਿਹੜਾ ਪੁਆਇੰਟ ਆਪਣੀ ਟੀਮ ਦੇ ਲਈ ਜੋੜਿਆ ਜਿੱਥੇ ਸਮਿਤ ਆਸਟ੍ਰੇਲੀਆ ਨਵੀਨ ਯੂ ਐੱਸ ਏ ਗੁਰਮੀਤ ਯੂ ਐੱਸ ਏ ਕਰਨ ਯੂ ਐੱਸ ਏ ਇਹਨੂੰ ਕੋਈ ਧਰ ਲੈ ਲਓ ਥੋੜ੍ਹਾ ਤੇ ਨਾਲ ਨੈਬ ਯੂ ਐੱਸ ਏ ਸੱਬੀ ਯੂ ਐੱਸ ਏ ਛੋਟਾ ਸੰਦੀਪ ਵੱਡਾ ਸੰਦੀਪ ਦੇ ਕੁੱਲੀ ਦਾਸ ਦੇ ਲਈ ਤੇ ਗੁਰਦੇਵ ਕੋਟਾ ਤੁਹਾਡੇ ਲਈ ਵੱਡੇ ਸਤਿਕਾਰ ਉਹਨਾਂ ਵੱਲੋਂ 11-11 ਹਜ਼ਾਰ ਦੇ ਬਹੁਤ ਧੰਨਵਾਦ ਆਪਾਂ ਕਰਦੇ ਹਾਂ ਇੱਕ ਪਾਸੇ ਅਮਨ ਖੱਤਰੀ ਲੱਗਿਆ ਹੋਇਆ ਜਿਹੜਾ ਕਹਿੰਦੇ ਬਹੁਤ ਅਕਰਪੁਰ ਦਾ ਹੈ ਪਰ ਪੈਰ ਬਾਹਰ ਹੋ ਗਿਆ ਤੇ ਨੰਬਰ ਮੈਂ ਦੇਖਦਾ ਵੀ ਜਿੱਥੇ ਆਪਣੀ ਟੀਮ ਦੇ ਲਈ ਕਹਿੰਦੇ ਭਾਗਲ ਦੀ ਟੀਮ ਦੇ ਲਈ ਪਾਈ ਦੀ ਟੀਮ ਤੇ ਸੌਂਕੀ ਵਸਤਲੀ ਨੂੰ ਬੇਨਤੀ ਹੈ ਵੀ ਉਹ ਵੀ ਆਪਣੇ ਮੈਚ ਵਾਲੇ ਜਿਹੜੀਆਂ ਤਿਆਰ ਹਨ ਇੱਕ ਪਾਸੇ ਜਾਣਲੀ ਪਿੰਡ ਵਾਲਾ ਕਾਲਾ ਲੱਗਿਆ ਹੋਇਆ ਮੇਰੇ ਮਿੱਤਰੋ ਭਾਗਲ ਦੀ ਟੀਮ ਵੱਲੋਂ ਖੇਡਦਾ ਹੋਇਆ ਪਰ ਦੂਜੇ ਪਾਸੇ ਕਹਿੰਦੇ ਭਾਗਲ ਵਾਲਿਆਂ ਨੇ 2 ਜੱਫੇ ਲਾ ਕੇ ਹਾਓ ਬੱਲੇ ਬੱਲੇ ਕਰਾਤੀ ਆ ਮੁੰਡਿਆਂ ਨੇ ਉਹ ਮੁੰਡਾ ਕਹਿੰਦੇ ਜਾਨ ਨਾਲ ਖਿੱਚ ਕੇ ਲੈ ਗਿਆ
ਜਾਂ ਨਾਲ ਖਿੱਚ ਕੇ ਲੈ ਗਿਆ ਗੁਰਤੇਜ ਕੋਟੜਾ ਜੀ। ਆਓ ਦੇਖੋ ਗਰਾਊਂਡ ਦੇ ਵਿੱਚ ਬੱਲਾ ਬੱਲੇ ਹੁੰਦੀਆਂ ਆ ਫਿਰ ਨੌਜਵਾਨਾਂ। ਆਓ ਸ਼ੁਭਮ ਆ ਗਿਆ ਰੇਡ ਪਾਉਣ ਦੇ ਲਈ। ਲੈ ਵੀ ਅੰਕਿਤ ਉਹ ਅਮਨ ਖੱਤਰੀ ਜੇ ਜੱਫਾ ਲਾਵੇ ਗੱਲ ਤਾਂ ਬਣਨੀ ਹੈ, ਪਰ ਅੰਕਰ ਨੂੰ ਕਰਕੇ ਟੱਚ, ਅੰਕ ਦਾ ਵਾਧਾ ਆਪਣੀ ਟੀਮ ਦੇ ਹਿੱਸੇ ਦੇ ਵਿੱਚ। ਭਾਈ ਜੋ ਪੁਆਇੰਟ ਕੇ ਉੱਪਰ ਰਿਵਿਊ ਥਾ, ਜੋ ਰੈਫਰੀ ਕਾ ਡਿਸੀਜ਼ਨ ਥਾ, ਵੋ ਬਿਲਕੁਲ ਸਹੀ ਪਾਇਆ ਗਿਆ। ਰੈਫਰੀ ਕਾ ਜੋ ਨਿਰਣਾ ਥਾ ਵੋ ਸਰਵਮਾਨਯ। ਸਹੀ ਹੈ ਜੀ ਗੱਲ, ਬਹੁਤ ਆਸਟ੍ਰੇਲੀਆ ਵਾਲੇ ਵੀਰਾਂ ਦੀ ਬਹੁਤ ਵੱਡੀ ਦੇਣ ਹੈ। ਮੈਨੂੰ ਦੱਸਿਆ ਵੀ ਕੁਝ ਹੀ ਮਿੰਟਾਂ ਦੇ ਵਿੱਚ ਸਾਡੇ ਵਿਚਕਾਰ ਭਾਰਤੀ ਕਿਸਾਨ ਯੂਨੀਅਨ ਹਰਿਆਣਾ ਦੇ ਬਹੁਤ ਸਿਰਕਢ ਆਗੂ ਨੇ ਗੁਰਨਾਮ ਸਿੰਘ ਜੀ ਚੁਡੂਨੀ, ਉਹ ਵੀ ਸਾਡੇ ਵਿਚਕਾਰ ਪਹੁੰਚ ਰਹੇ। ਮੈਨੂੰ ਦੱਸ ਰਹੇ ਵੀਰ ਵੀ ਉਹਨਾਂ ਦੀ ਵੀ ਭਰਮੀ ਹਾਜ਼ਰੀ, ਉਹ ਵੀ ਸਾਡੇ ਵਿਚਕਾਰ ਜਿਹੜੇ ਆ ਰਹੇ ਆ। ਇੱਧਰ ਮੈਚ ਬੜਾ ਤਕੜਾ ਖੇਡਿਆ ਰਿਹਾ, 24x7 ਦੇ ਅੱਜ ਦਾ ਮੇਲਾ ਲਾਈਵ ਖਾਇਆ ਜਾ ਰਿਹਾ। ਲਓ ਮੈਂ ਨਾਲ ਦੇਖਦਾ ਵੀ ਜਿੱਥੇ ਸਾਵਣ ਵਰਗੇ ਸ਼ੁਭਮ ਵਰਗੇ ਮੁੰਡੇ ਆ, ਇੱਕ ਕੰਨੀ ਤੇ ਕਹਿੰਦੇ ਵੀ ਅੰਕੁਰ ਲੱਗਿਆ ਹੋਇਆ, ਅਮਨ ਖੱਤਰੀ ਲੱਗਿਆ ਹੋਇਆ, ਇਹ ਬਹੁ ਅਕਬਰਪੁਰ ਸੀਲੂ ਦੇ ਪਿੰਡ ਦੀਆਂ ਗੱਲਾਂ ਹੁੰਦੀਆਂ, ਜਿਹਨੇ ਦੁਨੀਆ ਦੇ ਮਹਾਂ ਰੇਡਰਾਂ ਨੂੰ ਡੱਕਿਆ। ਮੇਰੇ ਮਿੱਤਰੋ ਕਹਿੰਦੇ ਖਾਉਂਦੇ ਰੇਡਰਾਂ ਨੂੰ ਡੱਕਿਆ, ਆਓ ਟੱਚ ਲਾ ਗਿਆ ਅੰਕਰ ਨੂੰ ਤੇ ਨੰਬਰ ਆਪਣੀ ਟੀਮ ਦੇ ਲਈ। ਕਹਿੰਦੇ ਜਿੱਥੇ ਕਹਿੰਦੇ ਆਪਣੀ ਟੀਮ ਲਈ ਪਾਗਲ ਦੀ ਟੀਮ ਦੇ ਲਈ ਨੰਬਰ ਜਿਹੜਾ ਜੋੜਦਾ ਹੋਇਆ। ਪੈਂਦੀ ਹੋਈ ਕਬੱਡੀ ਹੈ, ਆਹ ਰੇਡਰ ਨੇ ਬੜਾ ਸੋਹਣਾ ਪੁਆਇੰਟ ਗੁਰਤੇਜ ਕੋਟੜਾ ਜੀ ਇਹਨੇ ਜੋੜਿਆ ਸੀਗਾ ਮੁੰਡੇ ਨੇ, ਨਿਡਾਲੇ ਵਾਲੇ ਦੀਆਂ ਗੱਲਾਂ ਹੁੰਦੀਆਂ ਨੇ। ਹਾਂਜੀ ਸਾਹਮਣੇ ਫੇਰ ਕਬੱਡੀ ਪੈ ਗਈ ਹੈ, ਇਹ ਹੈ ਕਾਲਾ ਜਾਣਦੀ ਵਾਲਾ ਜਿਹਨੇ ਜੱਫਾ ਲੈਣ ਦੀ ਕੋਸ਼ਿਸ਼ ਕੀਤੀ ਹੈ, ਪਰ ਅੰਕ ਧਾਵੀ ਦਾ। ਸ਼ੁਭਮ ਨੇ ਰੇਡ ਪਾਉਣ ਦੇ ਲਈ ਤਿਆਰੀ ਖਿੱਚ ਲਈ ਹੈ। ਬਸਤਰੀ ਵਾਲੇ ਮੁੰਡੇ ਜਲਦੀ ਆ ਜਾਓ, ਮੈਚ ਸਮਾਪਤੀਆਂ ਵੱਲ ਲੈ ਵੀ ਲਾਈਟਾਂ ਨੱਪਦੇ ਕਿੱਲੀ। ਉਹ ਦੂਰ ਨੀ ਦਿੱਲੀ, ਦੂਰ ਨੀ ਦਿੱਲੀ, ਅੱਜ ਮੈਚ ਜਿੱਤਣ ਵਾਸਤੇ ਕਾਤੀ ਬਹੁਤ ਜ਼ੋਰ ਲਾਉਣਾ ਪੈਣਾ। ਪਰਮਾਤਮਾ ਦਾ ਵੀ ਧੰਨਵਾਦ, ਇੰਦਰ ਦੇਵਤਾ ਨੇ ਮੌਸਮ ਸਾਫ ਬਹੁਤ ਸੋਹਣਾ ਠੰਡਾ ਇੱਕ ਮੌਸਮ ਕਰ ਦਿੱਤਾ ਹੈ, ਕਿਉਂਕਿ ਕਾਂਤੀ ਬਾਈ ਕਰਮੀ ਬਹੁਤ ਤੀ। ਅਮਨ ਖੱਤਰੀ ਨੂੰ ਕਰਕੇ ਟੱਚ, ਅੰਕ ਦਾ ਵਾਧਾ ਵਿੱਕੀ ਨੇ ਕਰ ਦਿੱਤਾ। ਸਾਹਮਣੇ ਫੇਰ ਨੌਜਵਾਨ ਇਸ ਸਮੇਂ ਰੇਡ ਪਾਉਣ ਦੇ ਲਈ ਤਿਆਰ ਹੈ। ਲਓ ਸਾਹਮਣੇ ਰੇਡ ਪੈ ਗਈ ਹੈ ਬਹੁ ਅਕਬਰਪੁਰ ਦੇ ਵੱਲੋਂ, ਸ਼ੀਲੂ ਦਾ ਬਹੁਤ ਵੱਡਾ ਨਾਮ ਹੈ। ਉਹ ਸਾਹਮਣੇ ਫੇਰ ਟੱਕਰ ਪੈ ਗਈ, ਟੱਕਰ ਪੈ ਗਈ, ਬੱਲੇ 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 ਹੋ ਗਈ ਮਿੱਤਰੋ, ਮੇਲਾ ਬਣ ਗਿਆ, ਮੇਲਾ ਬਣ ਗਿਆ। ਤਾਲੀਆਂ ਮਾਰ ਦੋ ਇੱਕ ਵਾਰੀ ਮੁੰਡੇ ਦੇ ਨਾਂ ਤੇ, ਕਮਾਲ ਦਾ ਜੱਫਾ ਲਾ ਕੇ ਬੱਲੇ ਬੱਲੇ ਕਰਾਦੀ ਹੈ। ਕਹਿੰਦੇ ਆਹ ਮੈਚ ਕਾਹਦਾ ਲੱਗਿਆ ਪਿਆ, ਅੱਗ ਨਿਕਲਦੀ ਹੈ, ਆਹ ਮੈਚ ਕਾਹਦਾ ਲੱਗਿਆ ਪਿਆ, ਐ ਲੱਗਦਾ ਗੁਰਤੇਜ ਕੋਟੜਾ ਜੀ, ਐ ਲੱਗਦਾ ਜਿਵੇਂ ਡੀਡੀ ਨੈਸ਼ਨਲ ਤੇ ਸੋਲੇ ਫਿਲਮ ਚੱਲੀ ਜਾਂਦੀ ਹੋਵੇ। ਹੈਲੋ, ਅਬ ਤੱਕ ਕਿਆ ਸਕੋਰ ਹੈ, ਸਕੋਰ ਬਤਾ ਦੇ ਇੱਕ ਵਾਰ ਨਵੀਨ। ਨਵੀਨ ਸਿੰਘ ਜੀ ਨੂੰ ਪੁੱਛੇ, ਨਵੀਨ ਬੱਬਰ ਦੀ ਡਿਊਟੀ ਹੈ ਜੀ, ਨਵੀਨ ਬੱਬਰ ਦੀ ਕੀ ਸਕੋਰ ਹੈ? ਆ ਰਿਹਾ ਬਾਈ 10 ਬਾਗਲ ਕੇ ਅੰਕ ਹੈ ਅਬ ਤੱਕ ਕਾ ਜੋ ਸਕੋਰ ਹੈ, 6 ਅੰਕ ਹੈ ਯਹਾਂ ਪਰ, ਔਰ ਮੈਚ ਸਮਾਪਤ, ਯਹੀ ਹੈ ਨਾ। ਬਾਗਲ ਟੀਮ ਕੇ ਅੰਕ ਹੈ 11। ਬਾਗਲ ਵਾਲਿਓ ਥੋੜਾ ਵਿਸ਼ਵਾਸ ਰੱਖੋ, ਹਮਾਰੇ ਲਈ ਦੋਨੋਂ ਟੀਮੇ ਬਰਾਬਰ ਹੈ, ਹਮ ਮੈਚ ਤੋਂ ਪੂਰਾ ਕਰਵਾਏਂਗੇ। ਯਹਾਂ ਥਾਰਾ ਸਕੋਰ ਵੀ ਦੇਖਣਗੇ ਲਿਆ ਰਿਹਾ, ਵਹਾਂ ਵੀ ਮੈਚ ਰੋਕ ਕੇ ਖੜੇ ਹੋ ਗਏ।